ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਪਰਮ ਪਿਤਾ ਪਰਮਾਤਮਾ ਦੀ ਅਪਾਰ ਬਖਸ਼ਿਸ਼ ਸਦਕਾ ਬੇਟੀ ਹਰਮਨਦੀਪ ਕੌਰ ਦਾ ਕੈਨੇਡਾ ਦਾ ਸਟੱਡੀ ਵੀਜ਼ਾ ਲੱਗਣ ਦੀ ਖੁਸ਼ੀ ਵਿੱਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾਂ ਪ੍ਰਕਾਸ਼ ਪੁਰਬ ਸ਼ਤਾਬਦੀ ਨੂੰ ਸਮਰਪਿਤ ਪਿੰਡ ਘੁੜਕਾ ਤੋਂ ਰੰਧਾਵਾ ਸੜਕ 'ਤੇ 251 ਸ਼ਾਨਦਾਰ ਬੂਟੇ ਯੂਥ ਚੈਰਿਟੀ ਕਲੱਬ ਘੁੜਕਾ ਦੇ ਸਹਿਯੋਗ ਨਾਲ ਲਗਾਏ ਗਏ। ਇਸ ਸਮੇਂ ਅਮਰਜੀਤ ਸਿੰਘ ਸੰਧੂ, ਮੇਜਰ ਸਿੰਘ ਸੰਧੂ ਸਾਬਕਾ ਸਰਪੰਚ, ਪਰਮਜੀਤ ਸਿੰਘ ਪੰਚ, ਬਲਵੀਰ ਸਿੰਘ ਰਾਏ ਪੰਚ, ਸਤਨਾਮ ਸਿੰਘ ਠੇਕੇਦਾਰ, ਪ੍ਰੇਮ ਲਾਲ ਪੰਚ, ਗੁਰਨੇਕ ਚੰਦ, ਕੁਲਜੀਤ ਸਿੰਘ, ਰਕੇਸ਼ ਚੱਖੂ, ਬਲਵਿੰਦਰ ਮਹੇ, ਜਸਪਾਲ ਮਹੇ, ਬਲਜੀਤ ਚੱਖੂ, ਅਜੇ ਚੱਖੂ, ਹਰਜੀਤ ਮਹੇ, ਓਂਕਾਰ ਚੰਦ, ਲੱਕੀ ਚੱਖੂ, ਗੋਪੀ ਚੱਖੂ, ਅਮਰਜੀਤ ਮਹਿ, ਦਿਲਖੁਸ਼ ਕੁਮਾਰ, ਰੁਪਿੰਦਰ ਕੌਰ, ਹਰਮਨਦੀਪ ਕੌਰ, ਗੁਰਪ੍ਰੀਤ ਕੌਰ, ਨਵਦੀਪ ਕੌਰ, ਸਹਿਜਪ੍ਰੀਤ ਕੌਰ, ਮਾਨਵਦੀਪ ਸਿੰਘ, ਤਨਵੀਰ ਸਿੰਘ ਅਤੇ ਹੋਰ ਹਾਜ਼ਰ ਸਨ। ਜਗਤ ਗੁਰੂ, ਧੰਨ ਗੁਰੂ, ਸਤਿਗੁਰੂ ਨਾਨਕ ਦੇਵ ਜੀ ਮਹਾਰਾਜ, ਜਿਨ੍ਹਾਂ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਸਾਰੀਆਂ ਸੰਗਤਾਂ ਬੜੀ ਸ਼ਰਧਾ ਬੜੇ ਉਤਸ਼ਾਹ ਨਾਲ ਮਨਾ ਰਹੀਆਂ, ਜਿਨ੍ਹਾਂ ਨੇ ਆਪਣੀ ਬਾਣੀ ਦੇ ਵਿੱਚ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਪਵਨ ਨੂੰ ਜਿੱਥੇ ਗੁਰੂ ਦਾ ਦਰਜਾ, ਪਾਣੀ ਨੂੰ ਪਿਤਾ ਦਾ ਦਰਜਾ, ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਸੀਗਾ, ਅੱਜ ਉਹਨਾਂ ਦਾ ਗੁਰਪੁਰਬ ਮਨਾਉਂਦੇ ਹੋਏ ਸਾਨੂੰ ਬਹੁਤ ਵੱਡੀ ਲੋੜ ਆ ਕਿ ਅੱਜ ਜਿਹੜਾ ਸਾਡਾ ਜਿੱਥੇ ਪਾਣੀ ਦੇ ਪੱਤਣ ਨੀਵੇਂ ਹੋ ਗਿਆ, ਉੱਥੇ ਸਾਡਾ ਵਾਤਾਵਰਣ ਗੰਧਲਾ ਹੋ ਗਿਆ। ਇਸ ਕਰਕੇ ਉਸ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਵੱਧ ਤੋਂ ਵੱਧ ਜਿਹੜੇ ਰੁੱਖ ਲਾਉਣ ਦੀ ਜਿਹੜੀ ਮੁਹਿੰਮ ਚੱਲੀ ਆ, ਅੱਜ ਯੂਥ ਚੈਰਿਟੀ ਕਲੱਬ ਘੁੜਕਾ ਦੇ ਸਹਿਯੋਗ ਦੇ ਨਾਲ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਸਾਰਿਆਂ ਨੇ, ਮੋਹਤਵਰ ਸੱਜਣਾਂ ਨੇ ਇਕੱਠੇ ਹੋ ਕੇ ਘੁੜਕਾ ਤੋਂ ਰੰਧਾਵਾ ਰੋਡ ਦੇ ਉੱਪਰ 250 ਦੇ ਕਰੀਬ ਜਿਹੜੇ ਬੂਟੇ ਆ ਉਹ ਲਾਏ ਗਏ ਆ, ਤਾਂ ਜੋ ਜਿਹੜਾ ਸਾਡਾ ਵਾਤਾਵਰਣ ਸ਼ੁੱਧ ਹੋ ਸਕੇ। ਸਾਨੂੰ ਸਾਰਿਆਂ ਨੂੰ ਹੀ ਉਪਰਾਲੇ ਕਰਨੇ ਚਾਹੀਦੇ ਆ, ਤਾਂ ਸਾਡੇ ਇਹ ਗੁਰਪੁਰਬ ਮਨਾਏ ਵੀ ਤਾਂ ਹੀ ਸਫਲ ਆ ਜੇ ਅਸੀਂ ਗੁਰੂਆਂ ਦੇ ਦੱਸੇ ਹੋਏ ਮਾਰਗ 'ਤੇ ਚੱਲੀਏ ਅਤੇ ਸਾਰੇ ਹੀ ਆਪਾਂ ਵਾਤਾਵਰਣ ਦੀ ਸ਼ੁੱਧਤਾ ਦੇ ਲਈ ਕੰਮ ਕਰੀਏ। ਅਤੇ ਇਸ ਲਈ ਅਸੀਂ ਯਕੀਨ ਵੀ ਦਵਾਉਂਦੇ, ਜਿੱਥੇ ਸਾਡੇ ਯੂਥ ਚੈਰਿਟੀ ਕਲੱਬ ਘੁੜਕਾ ਬਹੁਤ ਵਧੀਆ ਉਪਰਾਲੇ ਕਰ ਰਹੀ ਆ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦਾ ਸਹਿਯੋਗ ਕਰਾਂਗੇ ਅਤੇ ਜਿਹੜੇ ਪਿੰਡ ਦੇ ਵਿੱਚ ਜਾਂ ਪਿੰਡ ਦੇ ਰਸਤਿਆਂ ਦੇ ਉੱਪਰ ਬੂਟੇ ਲੱਗਣ ਵਾਲੇ ਆ ਉਹ ਵੀ ਅਸੀਂ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਨਾਲ ਲੈ ਕੇ ਅਸੀਂ ਉਹ ਸੇਵਾ ਕਰਾਂਗੇ ਸਰ।